ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਮੈਂ ਠੀਕ ਹਾਂ। ਰਮਨ ਦੀ ਹਾਲਤ ਜਾਣੀ ਮੇਰੇ ਨਾਲੋਂ ਵੀ ਖਰਾਬ ਆ, ਕਿਉਂਕਿ ਲੀਵਰ 'ਚ ਗਰਮੈਸ ਆਈ ਆ ਰਮਨ ਦੇ, ਅਤੇ ਸਿੱਲਾਂ 'ਚ ਟਾਈਫਾਇਡ ਆ, ਜਾਣੀ ਕਿ ਖੂਨ ਵੀ ਘੱਟ ਆ ਅਤੇ ਇਨਫੈਕਸ਼ਨ ਆਈ ਆ, ਕਈ ਜਾਣੀ ਕਿ ਵੀ ਰਲ ਗਈਆਂ। ਚਲੋ ਉਹ ਕੀ ਤੁਹਾਡੇ ਆਪਣੇ ਇੱਥੇ ਥੌਲਾ ਕਹਿ ਦਿੰਦੇ ਆ ਟਾਈਫਾਇਡ ਦਾ, ਜਾਂ ਰਮਨ ਕੇ ਫਾਂਡਾ ਕਹਿ ਦਿੰਦੇ ਆ, ਉਹ ਕੱਲ੍ਹ ਅਸੀਂ ਦੋਨਾਂ ਨੇ ਕਰਾਇਆ, ਕਿਉਂਕਿ ਮੈਨੂੰ ਵੀ ਆਇਆ ਟਾਈਫਾਇਡ ਅਤੇ ਇਹ ਨਾ ਆ ਬੈਠੀ ਰਮਨ, ਕਿਉਂਕਿ ਗਲੂਕੋਜ਼ ਇੱਕ ਵਾਰੀ ਪਰਸੋਂ ਚੜ੍ਹ ਚੁੱਕਿਆ ਰਮਨ ਦੇ, ਅਤੇ ਅੱਜ ਫਿਰ ਜਾਣਾ ਚੜ੍ਹਾਉਣ। ਦੇਖਦੇ ਹਾਂ ਡਾਕਟਰ ਕੀ ਕਹਿੰਦੇ ਆ। ਬਾਕੀ ਮੈਂ ਬੱਚਿਆਂ ਵਾਂਗੂ ਸੇਵਾ ਕਰਦਾ ਭਾਈ ਰਮਨ ਦੀ, ਜਿੰਨੀ ਯੋਗ ਹੈਗਾ। ਅਤੇ ਰਮਨ ਮੈਂ ਕਹਿੰਦਾ ਹੁਣ ਤੂੰ ਰੋਟੀ ਰਾਟੀ ਨਾ ਖਾਈ, ਕਿਉਂਕਿ ਰੋਟੀ ਬੰਦ ਕੀਤੀ ਕਰਕੇ ਮੈਂ ਜਾਣੀ ਕਿ ਮੇਰੇ ਖਿਆਲ ਨਾਲ ਰਮਨ 15 ਦਿਨ ਹੀ ਹੋ ਗਏ ਨਾ ਮੈਨੂੰ, ਅਤੇ 15 ਦਿਨਾਂ ਬਾਅਦ ਰਾਤ ਮੈਂ ਰੋਟੀ ਖਾਧੀ ਆ, ਅਤੇ ਨਹੀਂ ਮੈਂ 19 ਦਿਨ ਰੋਟੀ ਨਹੀਂ ਖਾਧੀ ਸੀ, ਇਸ ਕਰਕੇ ਮੈਂ ਠੀਕ ਹੋਇਆ। ਕਿਉਂ ਦਲੀਏ 'ਤੇ ਰਿਹਾ ਮੈਂ ਜ਼ਿਆਦਾਤਰ, ਦਲੀਏ 'ਤੇ ਖਿਚੜੀ ਵੀ, ਕਿਉਂਕਿ ਚੌਲ ਹੁੰਦੇ ਆ ਉਹ ਵੀ ਮਾੜੇ ਆ ਟਾਈਫਾਇਡ ਵਾਲੇ ਨੂੰ, ਜ਼ਿਆਦਾਤਰ ਮੈਂ ਰਮਨ ਬਾਹਲੀ ਕਮਜ਼ੋਰ ਜਿਵੇਂ ਪਈ ਆ। ਚਲੋ ਆਪਾਂ ਤਾਂ ਦੁੱਖ ਚੱਲ ਲਾਂਗੇ ਹੈ ਨਾ, ਬਾਕੀ ਜੱਪ ਨੂਰ ਨੂੰ ਬਚਾ ਕੇ ਰੱਖੀਦਾ, ਕਿਉਂਕਿ ਬੱਚੇ ਦਾ ਨਹੀਂ, ਕਿਉਂ ਆਪਣਾ ਤਾਂ ਦੁੱਖਦਾ ਹੋਊ ਕੁਛ ਆਪਾਂ ਬੋਲ ਕੇ ਦੱਸ ਦਾਂਗੇ ਵੀ ਆਹ ਦੁੱਖਦਾ ਨਾ, ਅਤੇ ਬੱਚਾ ਕੀ ਦੱਸੂ ਵਿਚਾਰਾ। ਇਸ ਕਰਕੇ ਜੱਪ ਨੂਰ ਨੂੰ ਆਪਾਂ ਬਚਾ ਕੇ ਰੱਖੀਦਾ। ਮੈਨੂੰ ਪਤਾ ਸੀਗਾ ਰਮਨ ਦੇ ਸੈੱਲ ਵੀ ਘੱਟ ਹੋਣਗੇ, ਇਸ ਕਰਕੇ ਨਾਲ ਦੀ ਨਾਲ ਮੈਂ ਕੀਵੀ ਵੀ ਦਿੰਦਾ ਰਿਹਾ ਰਮਨ ਨੂੰ, ਨਾਰੀਅਲ ਵੀ ਦਿੰਦਾ ਰਿਹਾ, ਅਤੇ ਚਲੋ ਸੈੱਲ ਮੇਰੇ ਨਾਲ ਤਾਂ ਯਾਦ ਆ, ਮੇਰੇ ਬਾਹਲੇ ਘੱਟ ਸੀਗੇ। ਚਲੋ ਮੇਰਾ ਤਾਂ ਇੱਥੋਂ ਹੀ ਆਰਾਮ ਆ ਗਿਆ ਮੇਜਰ ਡਾਕਟਰ ਦੀ ਦਵਾਈ ਨਾਲ ਵੀ, ਉਹਨਾਂ ਨੇ ਹੋਮਿਓਪੈਥਿਕ ਦੀ ਦਵਾਈ ਦਿੱਤੀ ਸੀ ਮੈਨੂੰ, ਉਹਦਾ ਨਹੀਂ ਫਰਕ ਪੈ ਗਿਆ। ਹੁਣ ਦਵਾਈ ਲੈਣ ਅਤੇ ਦੇਖੋ ਡਾਕਟਰ ਕੀ ਕਹਿੰਦੇ, ਰਮਨ ਨੂੰ ਅੱਗੇ ਨਾਲੋਂ ਤਾਂ ਕੁਛ ਫਰਕ ਆ ਥੋੜ੍ਹਾ ਜਿਹਾ, ਜੱਪ ਨੂਰ ਖੁਸ਼ ਹੋਇਆ ਪਿਆ। ਜੱਪ ਨੂਰ ਤੂੰ ਤਾਂ ਘਰ ਰਹਿਣਾ ਭੂਆ ਕੋਲ, ਅਤੇ ਨਿਹਾਲ ਸਿੰਘ ਵਾਲੀ ਚੱਲੇ ਹਾਂ, ਮੈਂ ਕੱਢਣ ਲੱਗਿਆ ਬਾਈਕ, ਅਤੇ ਨਾਲੇ ਥੌਲਾ ਪਵਾ ਕੇ ਲਿਆਉਣਾ ਰਮਨ ਦੇ, ਨਾਲੇ ਮੈਂ ਆਪਦੇ ਪਵਾ ਕੇ ਲਿਆਉਣਾ ਟਾਈਫਾਇਡ ਦਾ, ਨਾਲੇ ਦਵਾਈ ਲਿਆਵਾਂਗੇ ਉੱਧਰ ਹੀ ਨਿਹਾਲ ਸਿੰਘ ਵਾਲਿਆਂ। ਸਾਹਮਣੇ ਬੈਠੀ ਰਮਨ, ਡਾਕਟਰ ਆਉਣਗੇ 6 ਵਜੇ, ਅਤੇ 6 ਵਜੇ ਆ ਕੇ ਫਿਰ ਦੇਖਣਗੇ ਕੀ ਆ, ਅਤੇ ਇੱਥੇ ਨਿਹਾਲ ਸਿੰਘ ਵਾਲੇ ਵੀ ਮੈਂ ਕੰਮ ਕਰਦਾ ਰਿਹਾਗਾ, ਇੱਥੇ ਸ਼ੋਪ ਆਫਤਾ ਟੇਲਰ ਦੀ, ਉਹਨਾਂ ਕੋਲ ਮੈਂ ਕੰਮ ਕਰਦਾ ਸੀਗਾ।
ਮੈਂ ਠੀਕ ਹਾਂ। ਕੱਲ੍ਹ ਮੇਰੇ ਘਰ ਨਾਲ ਹੋ ਗਏ 12-13 ਦਿਨਾਂ ਬਾਅਦ। ਕੱਲ੍ਹ ਮੈਂ ਰੋਟੀ ਖਾਧੀ ਆ ਅਤੇ ਨਹੀਂ ਮੈਂ ਰੋਟੀ ਨਹੀਂ ਖਾਧੀ ਜਿਵੇਂ ਮੈਂ ਇਨਫੈਕਸ਼ਨ ਹੈਗੀ ਮੈਂ ਰਾਤ ਖਾਧੀ ਆ ਉਹ ਵੀ ਨਾ ਕੱਦੂ ਬਣਾਇਆ ਸੀਗਾ ਦੁੱਧ ਪਾ ਕੇ ਅਤੇ ਮਿਰਚ ਥੋੜ੍ਹੀ ਘੱਟ ਰਖਾਈ ਸੀਗੀ ਅਤੇ ਉਹਦੇ ਨਾਲ ਰੋਟੀ ਖਾਧੀ। ਮੈਂ ਰਮਨ ਨੂੰ ਵੀ ਕਿਹਾ ਵੀ ਜਿੰਨੇ ਜਣਾ ਇਨਫੈਕਸ਼ਨ ਤੇਰੀ ਠੀਕ ਨਹੀਂ ਹੁੰਦੀ ਉਨੇ ਦਿਨ ਦਲੀਆ ਖਾ ਬ੍ਰੈਡ ਖਾਲਾ ਕਦੇ ਕਿਨਾ ਕਿ ਫਲ ਖਾਲਾ ਅਤੇ ਇਨਫੈਕਸ਼ਨ ਫਿਰ ਠੀਕ ਹੋਣੀ ਆ। ਜੇ ਆਪਾਂ ਲੂਣ ਮਿਰਚ ਵਾਲੀ ਚੀਜ਼ ਖਾਵਾਂਗੇ ਉਹਦੇ ਨਾਲ ਵਧਣੀ ਆ ਕਿਉਂਕਿ ਲੂਣ ਤਾਂ ਵੈਸੇ ਹੀ ਜ਼ਖਮ 'ਤੇ ਲੱਗ ਜੇ ਬੜਾ ਮਾੜਾ ਅਤੇ ਕਿਹੜਾ ਅੰਦਰ ਜਾਣਾ ਅਤੇ ਉਹ ਤਾਂ ਜੋ ਕਿੰਨਾ ਮਾੜਾ ਹੋਊਗਾ। ਤਾਂ ਫਿਰ ਮੈਂ ਰਮਨ ਨੂੰ ਬਾਈਕ 'ਤੇ ਲਿਆਇਆ ਕਿਉਂਕਿ ਰੋਜ਼ ਰੋਜ਼ ਹੀ ਨਾ ਗੱਡੀ ਚਲਾਉਣ ਲੱਗੀ ਆ ਪੈਸਿਆਂ ਦਾ ਵੀ ਯੂਜ ਕਰਨਾ ਪੈਂਦਾ ਵਾ ਅਤੇ ਗੱਡੀ ਰੋਜ਼ ਰੋਜ਼ ਕੰਮ ਚੱਲਦੀ ਆ ਇਸ ਕਰਕੇ ਫਿਰ ਮੈਂ ਅੱਜ ਠੀਕ ਸੀ ਦੇਖ ਲਓ ਮੈਂ ਬਾਈਕ 'ਤੇ ਆ ਗਿਆ ਕਈ ਘਰਾਂ ਮੈਂ ਠੀਕ ਸੀਗਾ ਬਿਲਕੁਲ ਇਸ ਕਰਕੇ ਤੁਹਾਨੂੰ ਬਾਈਕ ਗਿਆ ਆਰਾਮ ਕੁਛ ਠੀਕ ਠਾਕ ਫਰਕ ਆ ਸਾਰਿਆਂ ਦਾ ਫਰਕ। ਚਲੋ ਤੁਸੀਂ ਸਪੋਰਟ ਕਰੋ ਅਤੇ ਆਪਦੀ ਗੱਡੀ ਹੋਵੇ ਹੈ ਨਾ ਕੋਈ ਫਰਕ ਨਹੀਂ ਕਰਦਾ ਤੁਸੀਂ ਸਪੋਰਟ ਕਰੋ। ਸਪੋਰਟ ਸਾਨੂੰ ਸਿਰਫ ਇਹੀ ਕਰੋ ਕਿ ਵੱਧ ਤੋਂ ਵੱਧ ਸਾਡੀ ਜਿਹੜੀ ਸ਼ੇਅਰ ਕਰ ਦਿਓ ਅੱਗੇ ਹੈ ਨਾ ਤੁਹਾਡੇ ਬਾਕੀ ਗੱਡੀ ਦਾ ਐਂ ਹੁੰਦਾ ਗਾ ਵੀ ਮੈਂ ਵੀ ਚਲਾ ਸਕਦਾ ਕਿਉਂਕਿ ਗੱਡੀ ਦਾ ਸਾਰਾ ਕੁਛ ਹੱਥਾਂ 'ਤੇ ਹੋ ਜਾਂਦਾ ਹੁੰਦਾ। ਸਾਡੇ ਪਿੰਡ ਮੁੰਡਾ ਹੈਂਡੀਕੈਪ ਬਹੁਤ ਖਰਾਬ ਆਇਆ ਗਾ ਅਤੇ ਗੱਡੀ ਆਪਦੀ ਹੋਵੇ ਫਿਰ ਬੰਦਾ ਨਹੀਂ ਦੇ ਸਵੇਰੇ ਵੀ ਜਦੋਂ ਮਰਜ਼ੀ ਆ ਜਾਂਦਾ ਜਿਹੜਾ ਕਿਰਾਇਆ ਜਿੰਨਾ ਕਿਰਾਇਆ ਰੋਜ਼ ਰੋਜ਼ ਜਿੰਨਾ ਬਹੁਤ ਔਖਾ ਲੱਗਦਾ ਅਤੇ ਇਸ ਕਰਕੇ ਗੁਜ਼ਾਰ ਸਾ ਤੁਹਾਡੇ ਸਾਹਮਣੇ ਅਤੇ ਸਾਡੇ ਨਾਲ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਚੈਨਲ ਨੂੰ ਵੱਧ ਤੋਂ ਵੱਧ ਅੱਗੇ ਵੀ ਕਰਵਾਓ ਭੈਣ ਭਰਾਵਾਂ ਤੋਂ ਸਬਸਕ੍ਰਾਈਬ ਸਾਡੇ ਚੈਨਲ ਤਾਂ ਕਿ ਤੁਹਾਡਾ ਵੀ ਅਤੇ ਤੁਹਾਡੇ ਬੇਟੀ ਜਾਂ ਭਾਬੀ ਹੈ ਨਾ ਅਤੇ ਵੀ ਗੱਡੀ ਜੋਗੇ ਹੋ ਜਾਣ ਅਤੇ ਕਿਉਂਕਿ ਹੁਣ ਜੱਪ ਨੂੰ ਦਾ ਜੱਪ ਨੂੰ ਤੋਂ ਵੀ ਬਾਹਲੀ ਦੂਰ ਅੱਗੇ ਨਹੀਂ ਲਿਜਾ ਸਕਦਾ ਜਿਹੜੇ ਬਾਈਕ 'ਤੇ ਕੰਮ ਲੈ ਕੇ ਨਹੀਂ ਬੈਠ ਸਕਦੇ ਠੀਕ ਹੈ ਬੱਚਾ ਦਾ ਜੋ ਵੀ ਹੈ ਅਤੇ ਬਸ ਇਹੀ ਸਾਡੀ ਹੱਥ ਬੰਦ ਬਾਕੀ ਜੇ ਥੋੜ੍ਹੀ ਘਣੀ ਪੈੜੀ ਹੋ ਗਿਆ ਨਾ ਫਿਰ ਵੀ ਬੰਦਾ ਮਿਹਨਤ ਕਰ ਲੈਂਦਾ ਚਲੋ ਹੈ ਨਾ ਅਤੇ ਸਾਡੇ ਕੋਲ ਸੀ ਅੱਧਾ ਕਿੱਲਾ ਪੈੜੀ ਦਾ ਸੀਗਾ ਇੱਕ ਮਾਂ ਦੀ ਖਾਤਰ ਮਾਂ ਵਿੱਚ ਨਹੀਂ ਪਈ ਮਾਂ ਦੀ ਖਾਤਰ ਮਾਂ ਵਿੱਚ ਨਹੀਂ ਪਈ ਜਦੋਂ ਉਹਦੇ ਮੰਮੀ ਵਿਕੇ ਆ ਉਹਨਾਂ ਦੇ ਸਿਰ ਵੱਜਿਆ ਵਾਸਤੇ ਅਤੇ ਉਹਨਾਂ ਦੇ ਖੂਨ ਅੰਦਰ ਪੈ ਗਿਆ ਸੀਗਾ ਡਾਕਟਰ ਕਹਿੰਦੇ ਸਿਰ ਦਾ ਪੇਸ਼ ਮਾਰਦਾ ਉਦੋਂ ਸਾਨੂੰ ਪੈਸੇ ਕਿਤੇ ਫੜਨੇ ਪੈਗੇ ਪਰ ਬਚੀ ਉਹ ਫਿਰ ਵੀ ਨਹੀਂ ਅਤੇ ਭੈਣ ਦਾ ਵਿਆਹ ਕੀਤਾ ਸੀਗਾ ਉਹ ਵੀ ਪੈਸੇ ਫੜੇ ਸੀਗੇ ਅਤੇ
ਇਸ ਕਰਕੇ ਸਾਡੀ ਕਾਈ ਫਿਰ ਜਮੀਂ ਹੁਣ ਜਿੱਥੇ ਅਸੀਂ ਮੱਥਾ ਟੇਕਣ ਜਾਂਦੇ ਹਾਂ ਉੱਥੇ ਬਸ ਚਾਚੇ ਤਾਇਆਂ ਦੀਆਂ ਟੋਲੀਆਂ ਰਹਿ ਗਈਆਂ ਅਤੇ ਉਹਦੇ ਵਿੱਚ ਸਾਡਾ ਕੁਛ ਨਹੀਂ ਰੋਲ ਨਹੀਂ ਗਾ ਕੁਛ ਨਹੀਂ ਸਿਰਫ ਅਸੀਂ ਬਾਬੇ ਨੂੰ ਮੱਥਾ ਟੇਕਣ ਜਾਂਦੇ ਹਾਂ ਜੋ ਕਿ ਸਾਡਾ ਹੱਥ ਵੀ ਬਣਦਾ ਵਾ ਠੀਕ ਹੈ ਅਤੇ ਹੱਥ ਵੀ ਬਣਦਾ ਵਾ ਅਤੇ ਕੋਈ ਰੋਕ ਨਹੀਂ ਅਤੇ ਰਮਨ ਆ ਗਈ ਆ ਹੈਂ ਕੱਲ੍ਹ ਨੂੰ ਚੜਵਾ ਦਾਂਗੇ ਸਵੇਰੇ ਟ੍ਰਿਪ ਲੱਗਣ ਕੱਲ ਨੂੰ ਟ੍ਰਿਪ ਲੱਗਣੇ ਟਾਈਮ ਆ ਜਾਣ ਅੱਜ ਟਾਈਮ ਨਹੀਂ ਸੀ ਨਾ ਅੱਜ ਗਏ ਸੀਗੇ ਪੰਜ ਜਪਨੂਰ ਕੀ ਕਰਦਾ ਮੇਰਾ ਪੁੱਤ ਛੋਣਾ ਪੁੱਤ ਕੀ ਕਰਦਾ ਠੀਕ ਕਰਦਾ ਡਰਾਉਣਾ ਨੀ ਪੁੱਤ ਡਰਾਉਣਾ ਨੀ ਡਰਾਉਂਦਾ ਆ ਮੇਰਾ ਪੁੱਤ ਡਰਾਉਂਦਾ ਜਪ ਨੂਰ ਕੀ ਕਰਦਾ ਪੁੱਤ ਮੇਰਾ ਜਪ ਨੂਰ ਕੀ ਕਰਦਾ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਹਾਂ ਜਪ ਨੂਰਾ ਦੇਖ ਲੋ ਬਾਏ ਕਰ ਦੋ ਡਰਾਉਣਾ ਨੀ ਗਾ ਸਤਿ ਸ਼੍ਰੀ ਅਕਾਲ ਕਰੋ ਕੌਣ ਸਬਤ ਕਾਕਾ ਸੀ ਮਸਾ ਹੱਸੀ ਹੁਣੀ